ਅੱਛਾ ਯਾਰ, ਮੈਂ ਸੋਚਿਆ ਬੈਠਾ ਕਿ ਦੁਨੀਆ ਜਿਹੜੀ ਹੈ ਨਾ ਉਹ ਸਫੈਦ ਪੋਸ਼ਾਂ ਦੀ ਕੋਨੀ, ਅਤੇ ਵਲਾ ਮੈਂ ਇਹ ਨਤੀਜੇ 'ਤੇ ਪਹੁੰਚਿਆ ਕਿ ਦੁਨੀਆ 'ਤੇ ਯਾਰ ਸਫੈਦ ਪੋਸ਼ ਜਿਹੜੇ ਬੰਦੇ ਨੇ ਨਾ, ਨਾ ਮਤਲਬ ਕਹਿਣ ਦੀ ਵਾਦੀ 'ਚ ਨਾ ਗਾਟੀ 'ਚ ਆਪਣੇ ਕੰਮ ਨਾਲ ਕੰਮ, ਦੁਨੀਆ 'ਤੇ ਉਹਨਾਂ ਦੀ ਇੱਜ਼ਤ ਕਰੇਂਦੀ ਹੈ, ਦੁਨੀਆ ਉਹਨੇ ਕੋਈ ਪ੍ਰੋਟੈਕਸ਼ਨ ਦਿੰਦੀ ਹੈ। ਵਲ ਮੈਂ ਨਤੀਜੇ ਹੀ 'ਤੇ ਪਹੁੰਚਿਆ ਕਿ ਯਾਰ ਪਾਕਿਸਤਾਨ 'ਚ ਸਫੈਦ ਪੋਸ਼ ਦਾ ਕੋਈ ਕਹਿਣੀ ਨਾ, ਪਾਕਿਸਤਾਨ ਦੇ ਵਿੱਚ ਇਹ ਸਿਸਟਮ ਹੈ ਕਿ ਓਪਨ ਥੀ 'ਤੇ ਆਓ, ਗਰੀਬ ਹੋ ਅਤੇ ਓਪਨ ਥੀ 'ਤੇ ਦੱਸੋ ਕਿ ਮੈਂ ਗਰੀਬ ਹਾਂ, ਤੱਲੇ ਬਹੋ, ਜ਼ਮੀਨ 'ਤੇ ਬਹੋ, ਵੱਡੇ ਲੋਕਾਂ ਦੇ ਗੋਰਿਆਂ ਕੋ ਹੱਥ ਲਾਓ, ਜੀ ਜੀ ਕਰੋ, ਵਾਹ ਵਾਹ ਕਰੋ ਅਤੇ ਬੱਲੇ ਬੱਲੇ ਥੀ ਵਜੇ, ਜਾਂ ਅਮੀਰ ਹੋ ਅਤੇ ਬਲਾ ਖੋਲ੍ਹ 'ਤੇ ਆਓ, ਗਿਰੇਬਾਨ ਖੋਲ੍ਹ 'ਤੇ ਆਓ, ਉੱਤੇ ਬਹੋ ਸਕੂਨ ਨਾਲ, ਜਿਹੜੇ ਮਰਜ਼ੀ ਮਹਿਕਮੇ 'ਚ ਵਜੋ, ਜਿੱਥਾਂ ਮਰਜ਼ੀ ਵਜੋ, ਆਪਣੀ ਠੀਠ ਪਾਠ ਨਾਲ ਗਾਲ ਸੁਣੋ। ਅਤੇ ਜਿਹੜਾ ਸਫੈਦ ਪੋਸ਼ ਹੈ ਉਹਦੇ ਵਾਸਤੇ ਇੱਥਾਂ ਕੁਝ ਕੋਈ ਨਹੀਂ, ਮਤਲਬ ਕਿ ਜਿਹੜਾ ਉਹਦਾ ਦਿਲ ਨਹੀਂ ਕਰਿੰਦਾ ਕਿ ਯਾਰ ਮੈਂ ਕਹਿਣ ਦੀ ਗੁਲਾਮੀ ਕਰਾਂ, ਜਾਂ ਕਹਿਣ ਦੇ ਪੇਰਿਆਂ ਕੋ ਹੱਥ ਲਾਵਾਂ, ਕਹਿਣ ਦੇ ਗੋਡਿਆਂ ਕੋ ਹੱਥ ਲਾਵਾਂ, ਉਹ ਬੰਦਾ ਦਲੀਲ ਥੀ ਰਹਿੰਦਾ ਇੱਥਾਂ। ਅਤੇ ਅਗਰ ਉਹ ਕੁਝ ਮਾੜਾ ਜਿਹਾ ਹੈ ਪਿਆ ਤਾਂ ਆਪਣੇ ਆਪ ਕੋ ਦਿਖਾਉਣਾ ਨਹੀਂ ਚਾਹੁੰਦਾ, ਸ਼ੋਅ ਨਹੀਂ ਕਰਨਾ ਚਾਹੁੰਦਾ, ਉਹ ਆਪਣੀ ਇੱਜ਼ਤ ਦੇ ਵਿੱਚ, ਆਪਣੀ ਆਬਰੂ ਦੇ ਵਿੱਚ ਸਕੂਨ ਨਾਲ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ, ਅਤੇ ਵਾਲਾ ਵੀ ਕੋਨਾ ਉਹ ਕੋ ਕਹਿੰਦੇ ਨੂੰ ਵਾਲਾ, ਅਗਰ ਬਾਈ ਤੈਂ ਕਹਿੰਦੇ ਤਾਂ ਵਾਲਾ ਓਪਨ ਕਰ, ਬਾਹਰ ਕੱਢ ਤੇ ਦਿਖਾ। ਅਤੇ ਉਹ ਮੈਂ ਵਾਲਾ ਪਹਿਲੇ ਤਾਂ ਮੈਂ ਦੁਨੀਆ ਦਾ ਸੋਚਿਆ ਪਿਆ, ਲੇਕਿਨ ਵਾਲਾ ਮੈਂ ਥੋੜ੍ਹਾ ਜਿਹਾ ਸੋਚਣ ਤੋਂ ਬਾਅਦ ਮੈਂ ਹੀ ਨਤੀਜੇ 'ਤੇ ਪਹੁੰਚਾਂ ਕਿ ਯਾਰ ਪਾਕਿਸਤਾਨ ਦੇ ਵਿੱਚ ਸਫੈਦ ਪੋਸ਼ ਤਬਕੇ ਦਾ ਜਿਹੜਾ ਨਾ ਕੋਈ ਹਾਲ ਨਹੀਂ ਹੈ, ਇਹ ਰੁੱਲ ਗਿਆ ਹੈ ਤਬਕਾ ਜਿਹੜਾ ਨਾ ਸਫੈਦ ਪੋਸ਼, ਨਾ ਉਹ ਆਪਣਾ ਆਪ ਖੋਲ੍ਹ 'ਤੇ ਗੁਰਬਤ ਦਿਖਾ ਸਕਦੇ ਅਤੇ ਨਾ ਉਹ ਖੋਲ੍ਹ 'ਤੇ ਗਾਲ ਕਰ ਸਕਦੇ, ਉਹ ਆਪਣੇ ਆਪ 'ਚ ਘੁੱਟਦਾ ਪਏ, ਮਰਦਾ ਪਏ, ਆਪਣੇ ਆਪ ਨੂੰ ਅੰਦਰੋਂ ਅੰਦਰ ਹੀ ਖੰਭਦਾ ਪਏ, ਨਾ ਉਹ ਗਾਲ ਕਰ ਸਕਦੇ, ਨਾ ਕਹਿੰਦੀ ਗੁਲਾਮੀ ਕਰ ਸਕਦੇ, ਉਹਦਾ ਅਗਰ ਗੁਲਾਮੀ ਕਰਿੰਦੇ ਤਾਂ ਉਹਦਾ ਜ਼ਮੀਰ ਨਹੀਂ ਮੰਨਦਾ, ਅਗਰ ਉਹ ਗਾਲ ਨਹੀਂ ਕਰਿੰਦਾ ਤਾਂ ਜ਼ਮੀਰ ਅੰਦਰੋਂ ਉਹ ਕੋ ਝੁੜੇਂਦੇ, ਉਹ ਪਕੜਦੇ ਉਹ ਹਿਲੈਂਦੇ ਕਿ ਯਾਰ ਗਾਲ ਕਰ, ਅਤੇ ਅਗਰ ਗਾਲ ਕਰਿੰਦੇ ਤਾਂ ਵਾਲਾ ਉਹ ਸਫੈਦ ਪੋਸ਼ ਮਾਰਿਆ ਵੇਂਦੇ। ਅਤੇ ਬਾਕੀ ਅੱਲਾਹ ਤਾਲਾ ਖੈਰ ਕਰੇ ਮੇਰੇ ਮੁਲਕ 'ਤੇ, ਮੇਰੇ ਪਾਕਿਸਤਾਨੀਆਂ 'ਤੇ, ਸਾਡੇ ਹਮ ਵਤਨੇ 'ਤੇ, ਸਾਰੇ ਸਫੈਦ ਪੋਸ਼ਾਂ ਦੇ ਜਿਹੜੇ ਰਾਜ਼ ਹਨ ਨਾ ਉਹਨਾਂ ਕੋ ਢੱਕ ਕੇ ਰਾਵੇਨ, ਉਹ ਸਰਵਾਈਵ ਕਰ ਵਜਨ, ਇਹੋ ਮਾਹੌਲ ਆ ਵਜੇ ਕਿ ਉਹ ਆਪਣੀ ਪੋਜੀਸ਼ਨ 'ਤੇ ਦੁਬਾਰਾ ਵਾਪਸ ਆ ਵਜੇ, ਸਾਡੀ ਦੁਆ ਨੇਕ ਤਮੰਨਾ ਹੀ, ਹੱਸਦੇ ਰਹੋ, ਵੱਸਦੇ ਰਹੋ ਅਤੇ ਆਬਾਦ ਰਹੋ।